ਕਿੱਥੋਂ ਦੇ ਰਹਿਣਾ ਮੈਂ ਅੰਮ੍ਰਿਤਸਰ ਤੋਂ ਹੀ ਹਾਂ ਹਾਂਜੀ ਕੀ ਗੱਲ ਹੋਈ ਹੈ ਜੀ ਕਿੱਥੇ ਹੋਈ ਹੈ ਗੱਲ ਇਹ ਗੱਲ ਹੋਈ ਜੇ ਜਤੀਮਖਾਨੇ ਦੀ ਗਲੀ ਦੇ ਨਾਲ ਆ ਪੁਤਲੀ ਘਰ ਹਾਂਜੀ ਕੀ ਗੱਲ ਹੋਈ ਦੀਪ ਟੇਲਰ ਦੇ ਇੱਥੋਂ ਲੰਘਦੀਆਂ ਪਈਆਂ ਸੀ ਦੋ ਜਨਾਨੀਆਂ ਅਤੇ ਉਹ ਦੋ ਮੁੰਡੇ ਉੱਧਰੋਂ ਮੋਟਰਸਾਈਕਲ 'ਤੇ ਆਏ ਉਹ ਪਰਸ ਖੋ ਗਏ ਅਤੇ ਮੋਬਾਈਲ ਖੋ ਕੇ ਲੈ ਗਏ ਉਹਨਾਂ ਦਾ ਹਥਿਆਰ ਉਹਨਾਂ ਕੋਲ ਛੁਰੀ ਹੈਗੀ ਸੀ ਉਹਨਾਂ ਦੇ ਹੱਥ 'ਚ ਹੋਰ ਕੋਈ ਹਥਿਆਰ ਨਹੀਂ ਸੀ ਹੈਗਾ ਨਹੀਂ ਜੀ ਪੁਲਿਸ ਨਹੀਂ ਆਈ ਸਰ ਇੱਕ ਵੀਡੀਓ ਬੜੀ ਵਾਇਰਲ ਹੁੰਦੀ ਹੈ ਕੀ ਹੈਗਾ ਜੀ ਇਹ ਵੀਡੀਓ ਵਾਇਰਲ ਹੋਈ ਹੈ ਮੈਂ ਸਾਡੇ ਕੋਲ ਵੀ ਪਹੁੰਚੀ ਹੈ ਇਹ ਜਤੀਮਖਾਨੇ ਦੇ ਨਾਲ ਪੁਤਲੀ ਘਰ ਜ਼ਮੀਨ ਜਤੀਮਖਾਨੇ ਨਾਲ ਦੀ ਗਲੀ ਹੈ ਉਹਦੇ 'ਚ ਦੋ ਮੋਟਰਸਾਈਕਲ ਸਵਾਰਾਂ ਨੇ ਦੋ ਲੇਡੀਜ਼ ਜਾ ਰਹੀਆਂ ਸੀਗੀਆਂ ਉਹਨਾਂ ਨੇ ਧੱਕਾ ਮੁੱਕੀ ਕਰਕੇ ਤਾਂ ਉਹਨਾਂ ਨੂੰ ਸਨੈਚਿੰਗ ਕੀਤੀ ਹੈ ਬਟ ਹਾਲੇ ਤੱਕ ਸਾਡੇ ਕੋਲ ਨਾ ਕੋਈ ਕੰਪਲੇਂਟ ਨਹੀਂ ਆਈ ਅਸੀਂ ਵੈਰੀਫਾਈ ਕਰ ਰਹੇ ਇਹਨੂੰ ਅਤੇ ਕੰਪਲੇਂਟ ਜਦੋਂ ਵੀ ਸਾਨੂੰ ਟਰੇਸ ਹੁੰਦਾ ਨਾ ਹਾਲੇ ਤੱਕ ਟਰੇਸ ਨਹੀਂ ਹੋ ਰਿਹਾ ਸਨੈਚਿੰਗ ਹੋਈ ਹੈ ਬਟ ਹਾਲੇ ਤੱਕ ਕੰਪਲੇਂਟ ਟਰੇਸ ਨਹੀਂ ਹੋਇਆ ਉਹ ਲੇਡੀਜ਼ ਹੋ ਸਕਦਾ ਘਰ ਨੂੰ ਚਲੀ ਗਈ ਕਿਸੇ ਨੂੰ ਦੱਸਿਆ ਨਾ ਹੋਵੇ ਕੰਪਲੇਂਟ ਨੂੰ ਅਸੀਂ ਲੱਭ ਕੇ ਅਤੇ ਜਿਹੜੀ ਕਾਰਵਾਈ ਉਸ ਨਾਲ ਕਰਾਂਗੇ ਬਹੁਤ ਜ਼ੋਰ ਦੀ ਵੀਡੀਓ ਦੇ ਵਿੱਚ ਵੇਖਿਆ ਇਹ ਬਹੁਤ ਧੱਕਾ ਮੁੱਕੀ ਕੀਤੀ ਇਹਨੇ ਬੰਦੇ ਨੇ ਜਿਹੜਾ ਸਨੈਚਿੰਗ ਕਰਨ ਆਏ ਆ ਪਹਿਲੇ ਇਹਨੂੰ ਖੁਲਾ ਰਿਹਾ ਫਿਰ ਉਸ ਤੋਂ ਬਾਅਦ ਸੁੱਟ ਕੇ ਪਰੇ ਨੂੰ ਗਏ ਨੇ ਜੈਸ ਅਸੀਂ ਵੀ ਦੇਖੀ ਆ ਅਸੀਂ ਉਹ ਟੀਮਾਂ ਲਾਈਆਂ ਹੋਈਆਂ ਨੇ ਉਹ ਟਰੈਕ ਕਰ ਰਹੀਆਂ ਨੇ ਸੀਸੀਟੀਵੀ ਕੈਮਰੇ ਫੁਟੇਜ ਵਗੈਰਾ ਲੈ ਰਿਹਾ ਸੀ ਪਹਿਲੀ ਗੱਲ ਤਾਂ ਅਸੀਂ ਕੰਪਲੇਂਟ ਨੂੰ ਵੀ ਲੱਭ ਰਹੇ ਹਾਂ ਕੰਪਲੇਂਟ ਨਹੀਂ ਵੀ ਲੱਭਦੀ ਅਸੀਂ ਇਹਨਾਂ ਦੋਸ਼ੀਆਂ ਤਾਂ ਜ਼ਰੂਰ ਲੱਭਾਂਗੇ ਲੱਭ ਕੇ ਕਾਰਵਾਈ ਜਿਹੜੀ ਬਣਦੀ ਕਰਾਂਗੇ